ਪਟਿਆਲਾ ਵਿਖੇ ਮਦਰਸ ਡੇ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ 40 ਬਜ਼ੁਰਗ ਮਾਤਾਵਾਂ ਨੂੰ ਰਾਸ਼ਨ ਵੰਡਿਆ ਗਿਆ ਜਿਨ੍ਹਾਂ ਦੇ ਪਰਿਵਾਰ ਹੁੰਦਿਆਂ ਵੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹ ਉਪਰਾਲਾ ਨੌਜਵਾਨ ਸਮਾਜ ਸੇਵਕਾਂ ਵੱਲੋਂ ਕੀਤਾ ਗਿਆ ਅਤੇ ਇਸ ਲੜੀ ਨੂੰ ਅੱਗੇ ਤੋਰਦਿਆਂ ਸਮਾਜ ਸੇਵਕਾਂ ਨੇ ਕਿਹਾ ਕਿ ਉਹ ਹਰ ਮਹੀਨੇ ਦੇ ਇੱਕ ਸ਼ਨੀਵਾਰ ਇਹਨਾਂ ਮਾਤਾਵਾਂ ਨੂੰ ਰਾਸ਼ਨ ਵੰਡਿਆ ਕਰਨਗੇ। ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਵੰਡਿਆ ਕੀ ਹੈ ਅੱਜ, ਕੀ ਕਹਿਣਾ ਚਾਹੁੰਦੇ ਹੋ? ਮੈਂ ਕੀ ਕਹਿਣਾ ਚਾਹੁੰਦੀ ਹਾਂ ਬੇਟਾ, ਮੈਨੂੰ ਤਾਂ ਕੋਈ ਪਤਾ ਨਹੀਂ ਕਹਿਣ ਘਰੇ ਕੌਣ ਕੌਣ ਹੈ ਤੁਹਾਡੇ? ਬਸ ਬੇਟਾ ਇੱਕ ਅੱਖਾਂ ਦਿਨ ਦਿੰਦਾ ਹੈਗਾ, ਇੱਕ ਦੀ ਡੈਥ ਹੋ। ਅੱਛਾ ਜੀ, ਕਿੰਨੀ ਕੀ ਤੁਸੀਂ ਕੇਮ ਕਹਿੰਦੇ ਉਹਨਾਂ ਨੂੰ, ਕੀ ਅਸੀਸਾਂ ਦਿੰਦੇ ਹੋ ਜਿਹਨਾਂ ਨੇ ਤੁਹਾਨੂੰ ਰਾਸ਼ਨ ਦਿੱਤਾ ਹੈ ਉਹਨਾਂ ਬਾਰੇ? ਬੇਚਾਰੇ ਅਸੀਸਾਂ ਦਾ ਇੰਨਾ ਪੁੱਤ ਜਿਉਂਦੇ ਰਹਿਣਾ, ਬੇਚਾਰੇ ਜਿਹੜੇ ਨੇ ਸਾਡੀ ਇੰਨੀ ਮਦਦ ਕੀਤੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਵਿੰਦਰ ਕੌਰ ਹੈ ਜੀ। ਕਿੱਥੋਂ ਰਹਿਣ ਵਾਲੇ? ਸਨੌਰ ਦੇ ਰਹਿਣ ਵਾਲੇ। ਕੀ ਕਹਿਣਾ ਚਾਹੁੰਦੇ ਹੋ ਅੱਜ ਮਦਰ ਡੇ ਹੈਗਾ, ਇੱਕ ਮਾਤਾ ਦੇ ਹੋਣ ਦੇ ਨਾਤੇ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈਗਾ, ਕੀ ਕਹਿਣਾ ਚਾਹੁੰਦੇ ਹੋ? ਮੇਰੀ ਫੈਮਿਲੀ 'ਚ ਮੇਰੇ ਬੱਚੇ ਹੈ 2-3 ਅਤੇ ਇੱਕ ਮੇਰਾ ਪਤੀ ਹੈ। ਕੀ ਕੰਮ ਕਰਦੇ ਨੇ? ਬਸ ਬੱਚੇ ਜੇ ਪੜ੍ਹਦੇ ਆ, ਮੈਂ ਘਰੇਲੂ ਹਾਂ, ਪਤੀ ਪ੍ਰਾਈਵੇਟ ਜੋਬ ਕਰਦੇ ਆ। ਕਿੱਦਾਂ ਦਾ ਉਪਰਾਲਾ ਇਹਨਾਂ ਦਾ ਹੈਗਾ? ਬਹੁਤ ਅੱਛਾ ਉਪਰਾਲਾ ਕੀਤਾ ਇਹਨਾਂ ਨੇ। ਕੀ ਫਾਇਦਾ ਹੋਏਗਾ ਤੁਹਾਨੂੰ ਇਹਦਾ, ਕੀ ਫਾਇਦਾ ਹੋਏਗਾ? ਇਹਨਾਂ 'ਚ ਵੀ ਅਨਾਥ ਬੱਚਿਆਂ ਨੂੰ ਪੇਟ ਭਰਿਆ ਗਿਆ, ਜੈਸੇ ਕਿ ਜਿਹਨਾਂ ਦਾ ਮਾਂ ਪਿਓ ਨਹੀਂ ਹੈਗਾ ਅਤੇ ਉਹਨਾਂ ਦੇ ਬੱਚਿਆਂ ਦਾ ਬਹੁਤ ਬਹੁਤ ਇਹਨਾਂ ਨੇ ਧੰਨਵਾਦ ਕਰਨਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਰਿਤ ਕੌਰ। ਕੀ ਕੰਮ ਕਰਦੇ? ਕੁਛ ਅੱਗੇ ਪਿੱਛੇ ਤੁਹਾਡਾ ਮਤਲਬ ਕੋਈ? ਕੋਈ ਨਹੀਂ ਹੈ। ਮੇਰਾ ਨਾਮ ਅਮਰਿਤ ਕੌਰ ਹੈ। ਇਹ ਜੋ ਕੰਮ ਕਰ ਰਹੇ ਨੇ, ਬੇਸਹਾਰਾ ਨੂੰ ਸਹਾਰਾ ਦੇ ਰਹੇ ਨੇ, ਬਹੁਤ ਅੱਛਾ ਕੰਮ ਕਰ ਰਹੇ। ਮੈਂ ਇਕੱਲੀ ਹਾਂ। ਕਿੱਥੋਂ? ਨਹੀਂ ਜੀ, ਪਟਿਆਲੇ ਤੋਂ ਹੀ ਹਾਂ। ਕੀ ਨਾਮ ਹੈ? ਸਰ ਮੇਰਾ ਨਾਮ ਸੱਤਿਆਭੂਸ਼ਣ ਸ਼ਰਮਾ ਹੈ। ਸਰ ਇੱਕ ਮਦਰਸ ਡੇ ਦੇ ਉੱਪਰ ਇਹ ਉਪਰਾਲਾ ਕੀਤਾ ਗਿਆ, ਇਹ 'ਚ ਖੁਸ਼ੀ ਵੀ ਮਿਲੀ ਹੈ ਅਤੇ ਦੁੱਖ ਵੀ ਹੋਇਆ ਕਿ ਅਸੀਂ ਉਹਨਾਂ ਮਾਤਾਵਾਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਕੇਅਰ ਨਹੀਂ ਕਰਦੇ। ਸਾਡੀ ਟੀਮ ਦੇ ਜਿਹੜੇ ਯੰਗ ਲੜਕੇ ਆ ਉਹਨਾਂ ਦਾ ਇਹ ਸਹਿਯੋਗ ਸੀ ਕਿ ਉਹਨਾਂ ਨੇ ਇਸ ਮਦਰ ਡੇ ਵਾਲੇ ਦਿਨ ਇਹ ਚੁਣਿਆ, ਉਹਨੂੰ ਦਿੱਤਾ। ਔਰ ਉਹਨਾਂ ਦੇ ਹਾਲਾਤ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਇੱਕ ਅੱਛੇ ਕੰਮ ਲਈ, ਅੱਛੇ ਕੌਜ਼ ਲਈ ਇੱਕ ਖਰਚਾ ਕੀਤਾ, ਇੱਕ ਉਪਰਾਲਾ ਕੀਤਾ।